ਕੈਮਰੇ ਤੇ ਜਿਸ ਬੱਚੀ ਨੂੰ ਤੁਸੀਂ ਦੇਖ ਰਹੇ ਹੋ, ਜਿਸ ਬੱਚੀ ਦੀ ਤਸਵੀਰ ਹੈ, ਤਾਂ ਇਸਦਾ ਨਾਮ ਅਬਾਦਤ ਕੌਰ ਹੈ। ਅਬਾਦਤ ਕੌਰ ਹਜੇ ਮਹਿਜ਼ 5 ਮਹੀਨਿਆਂ ਦੀ ਹੈ, ਪਰ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਹੈ ਜਿਹੜੀ SM type 1। 2.5 ਮਹੀਨਿਆਂ 3 ਮਹੀਨਿਆਂ ਤੀਕਰ ਪਤਾ ਲੱਗ ਗਿਆ ਸੀ ਵੀ ਇਹਦੀ ਮੂਵਮੈਂਟ ਨਹੀਂ ਸੀਗੀ ਜੀ। ਅਤੇ ਫਿਰ ਅਸੀਂ ਲੁਧਿਆਣੇ ਡਾਕਟਰ ਗੁਰਪ੍ਰੀਤ ਕੋਚਰ ਹੋਣੀ ਹੈ, ਉਹਨਾਂ ਨਾਲ ਕੰਸਲਟ ਕੀਤਾ, ਫਿਰ ਉਹਨਾਂ ਨੇ ਸਾਨੂੰ ਇਹਦਾ ਟੈਸਟ ਲਿਖ ਕੇ ਦਿੱਤਾ। SMA1 ਜੀਨ ਦਾ ਟੈਸਟ ਸੀਗਾ, ਉਹ ਕਰਵਾਇਆ ਅਤੇ ਉਹਦੇ ਵਿੱਚ SMA1 type 1 'ਚ ਜੀਨ ਡਿਟੈਕਟ ਹੋਇਆ। ਜੋ ਉਹਨਾਂ ਨੇ ਸਾਨੂੰ ਉਦੋਂ ਦੱਸਿਆ ਵੀ ਇਹਦੇ ਲਈ ਆਹ ਇੰਜੈਕਸ਼ਨ ਲੱਗਣਾ, ਇੰਨੇ ਦਾ ਇੰਜੈਕਸ਼ਨ ਹੈ, ਪਰ ਇੰਜੈਕਸ਼ਨ ਦੇਖ ਲਓ ਤੁਸੀਂ ਵੀ ਕਰ ਸਕਦੇ ਹੋ ਕਿਵੇਂ। ਪਰ ਸਾਡੇ ਕੋਲ ਇੰਨੀ ਹੈ ਹੀ ਨਹੀਂ, ਪੂੰਜੀ ਹੈ ਨਹੀਂ ਸੀ ਵੀ ਜੋ ਅਸੀਂ ਵੀ ਉਹਨੂੰ ਬੇਸਿਕ ਕਰਵਾ ਕੇ ਇਹਦੇ ਇੰਜੈਕਸ਼ਨ ਲਵਾ ਸਕੀਏ। ਸਮੱਸਿਆ ਕੀ ਕੀ ਆਉਂਦੀ ਹੈ ਜੀ? ਤੁਸੀਂ ਬੱਚੇ ਦੇਖਦੇ ਹੋਵੋਗੇ, 3 ਮਹੀਨਿਆਂ ਤੋਂ ਸ਼ੁਰੂ ਤੋਂ ਹੁਣ ਤੱਕ ਕੀ ਕੀ ਪ੍ਰੋਬਲਮਸ ਹੈਗੀਆਂ? ਇੱਕ ਤਾਂ ਨੈਕ ਹੋਲਡਿੰਗ ਨਹੀਂ ਹੈਗੀ ਇਹਦੀ, ਆਪਣੀਆਂ ਬਾਹਾਂ ਵੀ ਨਹੀਂ ਹਿਲਾਉਂਦੀ, ਲੱਤਾਂ ਵੀ ਨਹੀਂ ਹਿਲਾਉਂਦੀ ਹੈ। ਅਤੇ ਫਰਦਰ ਹੌਲੀ ਹੌਲੀ ਜੇ ਕਰਨ ਦਾ ਟ੍ਰੀਟਮੈਂਟ ਨਹੀਂ ਹੁੰਦਾ ਤਾਂ ਕੰਪਲੀਕੇਸ਼ਨ ਵਧੀ ਜਾਣੀ ਹੈ, ਵੀ ਇਹਨੂੰ ਖਾਣ ਪੀਣ ਦੀ, ਸਾਹ ਲੈਣ ਦੀ ਪ੍ਰੋਬਲਮ ਵੀ ਆ ਸਕਦੀ ਹੈ ਅੱਗੇ। ਗਲਾ ਵੀ ਨਹੀਂ ਹਿਲਾ ਸਕਦੀ? ਹਾਂਜੀ, ਨਹੀਂ, ਸਿਰਫ ਆਈਜ਼ ਆਪਦੀਆਂ ਮੂਵ ਕਰਦੀ ਆ, ਦੇਖ ਲਈ ਧੌਣ ਨਹੀਂ ਹਿਲਾਉਂਦੀ ਆਪਦੀ, ਮਤਲਬ ਕਿ ਸਪੋਰਟ ਦੇ ਨਾਲ ਇਹਨੂੰ ਬਿਠਾਉਣਾ ਪੈਂਦਾ, ਇੱਦਾਂ ਕਰਕੇ ਵੀ ਆਪਣੇ ਆਪਣੀ ਨੈਕ ਹੋਲਡਿੰਗ ਨਹੀਂ ਹੈਗੀ ਇਹਦੀ। ਨਹੀਂ ਨਹੀਂ, ਬਸ ਇੱਦਾਂ ਹੀ ਆ ਵੀ ਇੰਨਾ ਕੁ ਥੋੜ੍ਹੀਆਂ ਜਿਹੀ ਲੈ ਕੇ ਜਾਂਦੀ। ਸਹੀ ਹੋ ਜਾਏਗੀ, ਠੀਕ ਹੋਣ ਦੇ ਚਾਂਸ ਹੈਗੇ ਨੇ, ਕਿਉਂਕਿ ਇੰਜੈਕਸ਼ਨ 2019 'ਚ ਆਇਆ ਕਿ ਇਹਨਾਂ ਬੱਚਿਆਂ ਤੋਂ ਅਗਾਂਹ ਉਹਨਾਂ ਨੇ ਦੇਖਣਾ, ਵੀ ਡਾਕਟਰ ਤਾਂ ਇਹ ਕਹਿੰਦੇ ਵੀ ਲਵਾਉਣਾ ਬਹੁਤ ਜ਼ਰੂਰੀ ਆ, ਜੇਕਰ ਇੰਜੈਕਸ਼ਨ ਨਹੀਂ ਲੱਗਦਾ ਤਾਂ ਫਿਰ ਇਹ ਬੈੱਡ 'ਤੇ ਹੀ ਰਹੇਗੀ, ਕੋਈ ਮੂਵਮੈਂਟ ਨਹੀਂ ਕਰ ਸਕਦੀ, ਲਾਈਫ ਵੱਸ ਸਕਦੀ। ਜੇਕਰ ਇੰਜੈਕਸ਼ਨ ਨਹੀਂ ਲੱਗਦਾ ਤਾਂ ਇਹਦੀ ਜਿਹੜੀ ਲਾਈਫ ਆ ਉਹ 2 ਸਾਲ ਤੋਂ ਘੱਟ ਆ। ਜਦੋਂ ਵੈਂਟੀਲੇਟਰ 'ਤੇ ਚਲਿਆ ਜਾਂਦਾ ਤਾਂ ਬੱਚਾ ਹੈ, ਬਹੁਤ ਰਿਕਵਰ ਕਰਨਾ ਬਹੁਤ ਔਖਾ ਬੱਚੇ ਲਈ, ਤਾਂ ਇਸ ਲਈ ਉਹ ਕਹਿੰਦੇ ਨੇ ਵੀ 2 ਸਾਲ ਤੋਂ ਪਹਿਲੇ ਇੰਜੈਕਸ਼ਨ ਲੱਗ ਜਾਏਗਾ ਅਤੇ ਬੱਚਾ ਵੀ ਸਹੀ ਹੋ ਸਕਦਾ, ਜੇ ਬਾਅਦ ਲੱਗੇਗਾ ਫਿਰ ਮੁਸ਼ਕਿਲ। ਸਾਡੀ ਲੋਕਾਂ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਤੁਸੀਂ ਸਾਡੀ ਹੈਲਪ ਕਰੋ, ਡੋਨੇਟ ਕਰੋ, ਤਾਂ ਜੋ ਅਸੀਂ ਇਬਾਦਤ ਦੀ ਜਾਨ ਬਚਾ ਸਕੀਏ। ਜਿੰਨੀ ਜਲਦੀ ਇਹਨੂੰ ਇੰਜੈਕਸ਼ਨ ਲੱਗੇਗਾ ਉਨੇ ਹੀ ਇਹਦੀ ਰਿਕਵਰੀ ਦੇ ਚਾਂਸਿਸ ਜ਼ਿਆਦਾ ਨੇ। ਪਲੀਜ਼ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ, ਵੱਧ ਤੋਂ ਵੱਧ ਜੇ ਸਾਡੀ ਹੈਲਪ ਹੋ ਸਕੇ ਤਾਂ ਅਸੀਂ ਇਹਨੂੰ ਇੰਜੈਕਸ਼ਨ ਲਵਾ ਸਕਦੇ ਹਾਂ, ਕਿਉਂਕਿ ਉਹ ਉਵੇਂ ਤਾਂ ਅਸੀਂ ਵੀ ਨਹੀਂ ਆਪਦੀ ਵੀ ਪੂੰਜੀ ਆਪਦੀ ਸਾਰੀ ਵੀ ਵੇਚ ਦਈਏ। ਅਤੇ ਤਾਂ ਅਸੀਂ ਇੰਜੈਕਸ਼ਨ ਨਹੀਂ ਲਵਾ ਸਕਦੇ। ਬਸ ਮੇਰੀ ਇਹੀ ਭਰਾਵਾਂ ਤੀਕਰ ਅਪੀਲ ਹੈ ਵੀ ਵੱਧ ਤੋਂ ਵੱਧ ਵੀ ਡੋਨੇਸ਼ਨ ਕਰਨ, ਵੀ ਜੋ ਇਸ ਲਈ ਮੈਂ ਇਬਾਦਤ ਨੂੰ ਬਚਾ ਸਕਾਂ ਜੀ, ਆਪਦੀ ਬੱਚੀ ਨੂੰ ਬਚਾ ਸਕਾਂ। ਕੈਮਰੇ 'ਤੇ ਜਿਸ ਬੱਚੀ ਨੂੰ ਤੁਸੀਂ ਦੇਖ ਰਹੇ ਹੋ, ਜਿਸ ਬੱਚੀ ਦੀ ਤਸਵੀਰ ਹੈ, ਤਾਂ ਇਸਦਾ ਨਾਮ ਅਬਾਦਤ ਕੌਰ ਹੈ। ਅਬਾਦਤ ਕੌਰ ਹਜੇ ਮਹਿਜ਼ 5 ਮਹੀਨਿਆਂ ਦੀ ਹੈ, ਪਰ ਬਹੁਤ ਜ਼ਿਆਦਾ ਗੰਭੀਰ ਬਿਮਾਰੀ ਹੈ ਜਿਹੜੀ SM type 1, ਜਿਹਨੂੰ ਲੈ ਕੇ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਕਿ ਜਿਸ ਦੇ ਟੀਕੇ ਬਹੁਤ ਮਹਿੰਗੇ ਆਉਂਦੇ ਨੇ, ਲੱਖਾਂ ਨਹੀਂ ਕਰੋੜਾਂ ਦੇ ਵਿੱਚ ਜਿਹੜੀ ਕੀਮਤ ਹੈ ਉਹਨਾਂ ਇੰਜੈਕਸ਼ਨਸ ਦੀ, ਔਰ ਉਸ ਬਿਮਾਰੀ ਤੋਂ ਪੀੜਿਤ ਹੈ। ਹੁਣ ਉਸ ਟੀਕੇ ਦੇ ਲਈ ਜਿਹੜਾ ਪਰਿਵਾਰ ਹੈ ਉਹ ਜੱਦੋਜਹਿਦ ਕਰ ਰਿਹਾ, ਔਰ ਅਪੀਲ ਹਰ ਪੰਜਾਬੀ ਨੂੰ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਆਪਣੀ ਜਿੰਨਾ ਉਹ ਕਰ ਸਕਦੇ ਨੇ ਮਦਦ ਹੈ ਕੀਤੀ ਜਾਵੇ। ਮੇਰੇ ਨਾਲ ਪਰਿਵਾਰਕ ਮੈਂਬਰ ਨੇ, ਮਾਤਾ ਪਿਤਾ ਨੇ ਇਬਾਦਤ ਦੇ, ਔਰ ਉਹ ਲੰਬੀ ਜੱਦੋਜਹਿਦ ਕਰ ਰਹੇ ਨੇ ਕਿ ਉਹਨਾਂ ਦੀ ਬੱਚੀ ਵੀ ਇਸ ਦੁਨੀਆ ਨੂੰ ਦੇਖ ਸਕੇ ਉਸ ਨੂੰ ਬਚਾਉਣ ਦੇ ਲਈ। ਤਾਂ 14.5 ਕਰੋੜ ਰੁਪਏ ਦੀ ਕੀਮਤ ਵਾਲਾ ਟੀਕਾ ਜਿਹੜਾ ਉਹ ਲੱਗਣਾ, 14.5 ਕਰੋੜ ਇੱਕ ਬਹੁਤ ਵੱਡਾ ਅਮਾਊਂਟ ਹੁੰਦਾ ਜਿਹੜਾ ਕਿਸੇ ਵੀ ਪਰਿਵਾਰ ਦੇ ਲਈ, ਜਿਹੜਾ ਚਾਹੇ ਜ਼ਮੀਨ ਜਾਇਦਾਦ ਦਾ ਹੋਵੇ, ਚਾਹੇ ਮਜ਼ਦੂਰੀ ਵਾਲਾ ਹੋਵੇ, ਕਿਸਾਨੀ ਵਾਲਾ ਹੋਵੇ, ਛੋਟਾ ਵਪਾਰੀ ਹੋਵੇ, ਤਾਂ ਉਹਦੇ ਲਈ ਇਹ ਬਹੁਤ ਵੱਡਾ ਅਮਾਊਂਟ ਹੁੰਦਾ ਕਿ ਇੰਨਾ ਜਿਹੜਾ ਅਮਾਊਂਟ ਆ ਇੱਕਦਮ ਇਕੱਠਾ ਪੇ ਕਰ ਸਕਣਾ ਜਾਂ ਇਕੱਠਾ ਕਰ ਲੈਣਾ। ਤਾਂ ਇਹ ਸਮੂਹਿਕ ਜਿਹੜਾ ਸਾਰੀ ਦੁਨੀਆ ਭਰ ਦੇ ਵਿੱਚ ਵੱਸਦੇ ਹਰ ਪੰਜਾਬੀ ਨੂੰ, ਅਸੀਂ ਵੀ ਇਸੇ ਕਰਕੇ ਸਟੋਰੀ ਦਿਖਾ ਰਹੇ ਹਾਂ ਕਿ ਆਪਣੇ ਦਸਵੰਧ ਦੇ ਵਿੱਚੋਂ ਤੁਸੀਂ ਜਿੰਨੀ ਮਦਦ ਹੋ ਸਕਦਾ ਇਸ ਬੱਚੀ ਦੀ ਕੀਤੀ ਜਾਵੇ। ਤੁਹਾਡਾ ਕੀ ਨਾਮ ਹੈ ਜੀ? ਸੁਖਪਾਲ ਸਿੰਘ। ਕਿੰਨੇ ਚਿਰ ਤੋਂ ਬੱਚੀ ਨੂੰ ਇਹ ਪ੍ਰੋਬਲਮ ਹੈ, ਤੁਹਾਨੂੰ ਪਤਾ ਲੱਗਿਆ ਕਿ ਬਿਮਾਰੀ ਹੈਗੀ ਹੈ ਜੀ?
ਢਾਈ ਕੁ ਮਹੀਨਿਆਂ ਤਿੰਨਾਂ ਮਹੀਨਿਆਂ ਤੀਕਰ ਪਤਾ ਲੱਗ ਗਿਆ ਸੀ ਵੀ ਇਹਦੀ ਮੂਵਮੈਂਟ ਨਹੀਂ ਸੀਗੀ ਜੀ। ਅਤੇ ਫਿਰ ਅਸੀਂ ਲੁਧਿਆਣੇ ਡਾਕਟਰ ਗੁਰਪ੍ਰੀਤ ਕੋਚਰ ਹੋਣੀ ਹੈ ਉਹਨਾਂ ਨਾਲ ਕੰਸਲਟ ਕੀਤਾ, ਫਿਰ ਉਹਨਾਂ ਨੇ ਸਾਨੂੰ ਇਹਦਾ ਟੈਸਟ ਲਿਖ ਕੇ ਦਿੱਤਾ, SMA1 ਜੀਨ ਦਾ ਟੈਸਟ ਸੀਗਾ ਉਹ ਕਰਵਾਇਆ ਅਤੇ ਉਹਦੇ ਵਿੱਚ SMA1 ਟਾਈਪ 1 'ਚ ਜੀਨ ਡਿਟੈਕਟ ਹੋਇਆ। ਪਰ ਉਹਦੇ ਲਈ ਜੋ ਉਹਨਾਂ ਨੇ ਸਾਨੂੰ ਉਦੋਂ ਦੱਸਿਆ ਵੀ ਇਹਦੇ ਲਈ ਆਹ ਇੰਜੈਕਸ਼ਨ ਲੱਗਣਾ ਹੈ, ਇੰਨੇ ਦਾ ਇੰਜੈਕਸ਼ਨ ਹੈ, ਪਰ ਇੰਜੈਕਸ਼ਨ ਦੇਖ ਲਓ ਤੁਸੀਂ ਵੀ ਕਰ ਸਕਦੇ ਹੋ ਕਿਵੇਂ, ਪਰ ਸਾਡੇ ਕੋਲ ਇੰਨੀ ਹੈ ਹੀ ਨਹੀਂ, ਪੂੰਜੀ ਹੈ ਨਹੀਂ ਸੀ ਵੀ ਜੋ ਅਸੀਂ ਵੀ ਉਹਨੂੰ ਬੇਸਿਕ ਕਰਵਾ ਕੇ ਇਹਦੇ ਇੰਜੈਕਸ਼ਨ ਲਵਾ ਸਕੀਏ। ਫਿਰ ਅਸੀਂ ਏਮਸ ਦਿੱਲੀ ਗਏ ਚਲੇ ਸਰ, ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰਕੇ ਆ ਪਲੇਟਫਾਰਮ ਨੇ ਗੋ ਫੰਡ ਮੀ ਇੰਪੈਕਟ ਗੁਰੂ ਵੀ ਤੁਸੀਂ ਉੱਥੇ ਜਾ ਕੇ ਅਪੀਲ ਕਰੋ ਵੀ ਆਪਦੇ ਵੀ ਬਹੁਤ ਧਨੀ ਸੱਜਣ ਨੇ ਵੀ ਜੋ ਵੀ ਦਾਨ ਕਰਕੇ ਵੀ ਉਹ ਇੰਜੈਕਸ਼ਨ ਲਵਾ ਸਕਦੇ ਹੋ ਤੁਸੀਂ, ਉਹਨਾਂ ਨੂੰ ਵੀ ਫੰਡ ਇਕੱਠਾ ਕਰਕੇ ਇੰਜੈਕਸ਼ਨ ਲਗਵਾ ਸਕਦੇ ਹੋ। ਸੋ ਇਸ ਲਈ ਅਸੀਂ ਵੀ ਪ੍ਰੈਸ ਦੇ ਰਾਹੀਂ ਵੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਆਪਦੇ ਪੂਰੇ ਆਲ ਓਵਰ ਵਰਲਡ ਦੇ ਵਿੱਚ ਵੀ ਜੋ ਸਾਡੀ ਮਦਦ ਵੱਧ ਤੋਂ ਵੱਧ ਮਦਦ ਕਰਨ। ਸਮੱਸਿਆ ਕੀ ਕੀ ਆਉਂਦੀ ਹੈ ਜੀ, ਤੁਸੀਂ ਬੱਚੇ ਦੇਖਦੇ ਹੋਵੋਗੇ 3 ਮਹੀਨਿਆਂ ਤੋਂ ਸ਼ੁਰੂ ਤੋਂ ਹੁਣ ਤੱਕ ਕੀ ਕੀ ਪ੍ਰੋਬਲਮਸ ਹੈਗੀਆਂ ਨੇ? ਹਾਂਜੀ, ਇੱਕ ਤਾਂ ਨੈਕ ਹੋਲਡਿੰਗ ਨਹੀਂ ਹੈਗੀ ਇਹਦੀ, ਆਪਣੀਆਂ ਬਾਹਾਂ ਵੀ ਨਹੀਂ ਹਿਲਾਉਂਦੀ, ਲੱਤਾਂ ਵੀ ਨਹੀਂ ਹਿਲਾਉਂਦੀ ਹੈ, ਅਤੇ ਫਰਦਰ ਹੌਲੀ ਹੌਲੀ ਜੇ ਕਰਨ ਦਾ ਟ੍ਰੀਟਮੈਂਟ ਨਹੀਂ ਹੁੰਦਾ ਤਾਂ ਕੰਪਲੀਕੇਸ਼ਨ ਵਧੀ ਜਾਣੀ ਹੈ, ਵੀ ਇਹਨੂੰ ਖਾਣ ਪੀਣ ਦੀ, ਸਾਹ ਲੈਣ ਦੀ ਪ੍ਰੋਬਲਮ ਵੀ ਆ ਸਕਦੀ ਅੱਗੇ ਜਾ ਕੇ। ਗਲਾ ਵੀ ਨਹੀਂ ਹਿਲਾ ਸਕਦੀ? ਹਾਂਜੀ ਨਹੀਂ, ਸਿਰਫ ਆਈਜ਼ ਆਪਦੀਆਂ ਮੂਵ ਕਰਦੀ ਹੈ ਦੇਖਣ ਲਈ, ਧੌਣ ਨਹੀਂ ਹਿਲਾਉਂਦੀ ਆਪਦੀ, ਮਤਲਬ ਕਿ ਸਪੋਰਟ ਦੇ ਨਾਲ ਇਹਨੂੰ ਬਿਠਾਉਣਾ ਪੈਂਦਾ, ਇੱਦਾਂ ਕਰਕੇ ਵੀ ਆਪਣੇ ਆਪ ਨਹੀਂ, ਨੈਕ ਹੋਲਡਿੰਗ ਨਹੀਂ ਹੈਗੀ ਇਹਦੀ, ਬੈਠ ਨਹੀਂ ਸਕਦੀ, ਬਾਹਾਂ ਵੀ ਨਹੀਂ ਹਿਲਦੀਆਂ। ਨਹੀਂ ਨਹੀਂ, ਬਸ ਇੱਦਾਂ ਹੀ ਆ ਵੀ ਇੰਨਾ ਕੁ ਥੋੜੀਆਂ ਜਿਹੀਆਂ ਲੈ ਕੇ ਜਾਂਦੀ ਉੱਪਰ। ਹੁਣ ਇਹ ਜਿਹੜਾ ਟੀਕਾ ਜਿਹੜਾ ਬਹੁਤ ਮਹਿੰਗੀ ਕੀਮਤ ਹੈ ਜਿਸਦੀ, ਇਹ ਅਗਰ ਲੱਗਦਾ ਤਾਂ ਡਾਕਟਰਾਂ ਨੇ ਫਿਰ ਤੁਹਾਨੂੰ ਕੀ ਕਿਹਾ? ਉਹਦੇ ਨਾਲ ਵੀ ਇਹਦੇ ਸਹੀ ਹੋ ਜਾਏਗੀ, ਠੀਕ ਹੋਣ ਦੇ ਚਾਂਸ ਹੈਗੇ ਨੇ, ਕਿਉਂਕਿ ਇੰਜੈਕਸ਼ਨ 2019 'ਚ ਆਇਆ ਕਿ ਇਹਨਾਂ ਬੱਚਿਆਂ ਤੋਂ ਅਗਾਂਹ ਉਹਨਾਂ ਨੇ ਦੇਖਣਾ ਵੀ, ਡਾਕਟਰ ਤਾਂ ਇਹ ਕਹਿੰਦੇ ਵੀ ਲਵਾਉਣਾ ਬਹੁਤ ਜ਼ਰੂਰੀ ਆ, ਜੇਕਰ ਇੰਜੈਕਸ਼ਨ ਨਹੀਂ ਲੱਗਦਾ ਤਾਂ ਫਿਰ ਇਹ ਬੈੱਡ 'ਤੇ ਹੀ ਰਹੇਗੀ, ਕੋਈ ਮੂਵਮੈਂਟ ਨਹੀਂ ਕਰ ਸਕਦੀ, ਵੀ ਉਹਨਾਂ ਠੀਕ ਹੋ ਸਕਦੀ ਹੈ, ਲਾਈਫ ਵੱਸ ਸਕਦੀ, ਜੇਕਰ ਇੰਜੈਕਸ਼ਨ ਨਹੀਂ ਲੱਗਦਾ ਤਾਂ ਇਹਦੀ ਜਿਹੜੀ ਲਾਈਫ ਆ ਉਹ 2 ਸਾਲ ਤੋਂ ਘੱਟ ਆ। 2 ਸਾਲ ਇਹ ਡਾਕਟਰ ਕਹਿੰਦੇ ਨੇ ਜੇ ਇੰਜੈਕਸ਼ਨ ਟਾਈਮ ਤੇ ਨਹੀਂ ਲੱਗਦਾ, ਨਹੀਂ ਟਾਈਮ ਤੇ ਲੱਗਦਾ ਫਿਰ ਇੰਜੈਕਸ਼ਨ, ਫਿਰ ਉਹ ਇਹਨੂੰ ਸਾਹ ਲੈਣ 'ਚ ਤਕਲੀਫ ਆਉਣ ਲੱਗ ਜਾਣੀ ਆ, ਫਿਰ ਸਾਹ ਲੈਣ ਤੋਂ ਤਕਲੀਫ ਆਈ, ਫਿਰ ਉਹ ਕਹਿੰਦੇ ਵੀ ਵੈਂਟੀਲੇਟਰ ਦਾ ਰੱਖਾਂਗੇ, ਅਤੇ ਫਿਰ ਉਹ ਆਪਾਂ ਨੂੰ ਆਪ ਹੀ ਪਤਾ ਵੀ ਜਦੋਂ ਵੈਂਟੀਲੇਟਰ 'ਤੇ ਚਲਿਆ ਜਾਂਦਾ ਤਾਂ ਬੱਚਾ ਹੈ, ਬਹੁਤ ਰਿਕਵਰ ਕਰਨਾ ਬਹੁਤ ਔਖਾ ਬੱਚੇ ਲਈ, ਤੋ ਇਸ ਲਈ ਉਹ ਕਹਿੰਦੇ ਨੇ ਵੀ 2 ਸਾਲ ਤੋਂ ਪਹਿਲੇ ਇੰਜੈਕਸ਼ਨ ਲੱਗ ਜਾਏਗਾ ਅਤੇ ਬੱਚਾ ਵੀ ਸਹੀ ਹੋ ਸਕਦਾ, ਜੇ ਬਾਅਦ ਲੱਗੇਗਾ ਫਿਰ ਮੁਸ਼ਕਿਲ। ਇਸੇ ਬੱਚੀ ਦੇ ਨਾਲ ਹੈ ਜੀ, ਫੈਮਿਲੀ 'ਚ ਤਾਂ ਕੋਈ ਨਹੀਂ? ਫੈਮਿਲੀ 'ਚ ਕੋਈ ਨਹੀਂ ਸਾਡੀ ਜੀ, ਇਸੇ ਬੱਚੀ ਦੇ ਨਾਲ? ਹਾਂਜੀ, ਇਸੇ ਬੱਚੀ ਦੇ ਨਾਲ ਹੀ ਆ। ਅੱਗੇ ਮੇਰੀ ਬੱਚੀ ਹੈ, 10 ਸਾਲ ਦੀ ਗੁੜੀ ਹੈ ਮੇਰੇ ਕੋਲ, ਤੇ ਇਹ ਦੂਸਰੀ ਕੁੜੀ ਹੈ ਜੀ। ਔਰ ਕੀ ਲੋਕਾਂ ਨੂੰ ਹੁਣ ਅਪੀਲ ਹੈ ਜਿਹੜੀ ਕਰਨਾ ਚਾਹੁੰਦੇ? ਸਾਡੀ ਲੋਕਾਂ ਨੂੰ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਤੁਸੀਂ ਸਾਡੀ ਹੈਲਪ ਕਰੋ, ਡੋਨੇਟ ਕਰੋ, ਤਾਂ ਜੋ ਅਸੀਂ ਇਬਾਦਤ ਦੀ ਜਾਨ ਬਚਾ ਸਕੀਏ। ਜਿੰਨੀ ਜਲਦੀ ਇਹਨੂੰ ਇੰਜੈਕਸ਼ਨ ਲੱਗੇਗਾ ਉਨੇ ਹੀ ਇਹਦੀ ਰਿਕਵਰੀ ਦੇ ਚਾਂਸਿਸ ਜ਼ਿਆਦਾ ਨੇ, ਪਲੀਜ਼ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਏਮਸ ਵੀ ਤੁਸੀਂ ਗਏ ਸੀ ਦਿੱਲੀ ਲੈ ਕੇ, ਉੱਥੇ ਉਹਨਾਂ ਨੇ ਕੀ ਕਿਹਾ ਜੀ? ਉਹਨਾਂ ਨੇ ਵੀ ਇਹ ਟ੍ਰੀਟਮੈਂਟ ਬਾਰੇ ਆਖਿਆ ਵੀ ਇਹਦਾ ਸਿਰਫ ਇੱਕ ਟ੍ਰੀਟਮੈਂਟ ਹੈ, ਇੰਜੈਕਸ਼ਨ ਸਿਰਫ ਇੱਕ ਵਾਰੀ ਹੀ ਲੱਗਣਾ, ਇਹਦੇ ਨਾਲ ਵੀ ਇਹ ਠੀਕ ਹੋ ਸਕਦੀ ਹੈ, ਨਹੀਂ ਤਾਂ ਰਿਕਵਰੀ ਦਾ ਕੋਈ ਚਾਂਸ ਨਹੀਂ। ਨਹੀਂ, ਉਦਾਂ ਕੋਈ ਇਹਦੀ ਕੋਈ ਮੈਡੀਸਨ ਹੋਰ ਨਹੀਂ ਹੈਗੀ, ਰਿਕਵਰੀ ਦਾ ਕੋਈ ਚਾਂਸ ਨਹੀਂ ਹੋਣਾ। ਤੁਹਾਨੂੰ ਦੱਸਿਆ ਹੋਣਾ ਜੀ ਕਿ 14 ਕਰੋੜ ਦੀ ਕੀਮਤ ਵਾਲਾ, ਅੱਜ ਕੱਲ੍ਹ ਤਾਂ ਇੱਥੇ 1 ਲੱਖ ਰੁਪਏ ਅਰੇਂਜ ਕਰਨਾ ਔਖਾ ਹੋ ਜਾਂਦਾ ਕਿਸੇ ਦੇ ਸਿਸਟਮ ਹੈਲਥ ਦਾ ਜਿਹੜਾ, ਉਹਨੂੰ ਲੈ ਕੇ ਕੋਈ ਕਿਸੇ ਦੀ ਜਾਨ ਕਿਸ ਤਰ੍ਹਾਂ ਨਾਲ ਜਾ ਰਹੀ, ਹਲਕੇ ਫੁਲਕੇ ਇਲਾਜ ਦੇ, ਤੁਸੀਂ ਫਿਰ ਕਿਵੇਂ ਕੀ ਸੋਚਿਆ ਜੀ ਕੀ ਹੱਲ ਹੋ ਸਕਦਾ ਹੈ? ਸਰ ਇਹੀ ਬਸ, ਜਦੋਂ ਉਹਨਾਂ ਨੇ ਫਿਰ ਸਾਨੂੰ ਇਹ ਜਿਵੇਂ ਫਾਊਂਡੇਸ਼ਨ ਦੱਸੀ ਆ, ਫਿਰ ਅਸੀਂ ਆਖਿਆ ਵੀ ਇਹਨਾਂ ਦੇ ਥਰੂ ਅਪੀਲ ਕਰਕੇ ਦੇਖ ਲੈਂਦੇ ਹਾਂ ਲੋਕਾਂ ਦੇ ਘਰ ਵੀ, ਜੋ ਵੱਧ ਤੋਂ ਵੱਧ ਜੇ ਸਾਡੀ ਹੈਲਪ ਹੋ ਸਕੇ ਤਾਂ ਅਸੀਂ ਇਹਨੂੰ ਇੰਜੈਕਸ਼ਨ ਲਵਾ ਸਕਦੇ ਹਾਂ, ਕਿਉਂਕਿ ਉਹ ਉਵੇਂ ਤਾਂ ਅਸੀਂ ਵੀ ਨਹੀਂ ਆਪਦੀ ਵੀ ਪੂੰਜੀ ਆਪਦੀ ਸਾਰੀ ਵੀ ਵੇਚ ਦਈਏ। ਅਤੇ ਤਾਂ ਵੀ ਅਸੀਂ ਇੰਜੈਕਸ਼ਨ ਨਹੀਂ ਲਵਾ ਸਕਦੇ।
ਲੋਕਾਂ ਦੀ ਮਦਦ ਦੇ ਨਾਲ ਹੈ, ਲੋਕ ਸਾਡੀ ਮਦਦ ਕਰਨਗੇ ਤੇ ਅਸੀਂ ਬੱਚੇ ਨੂੰ ਇੰਜੈਕਸ਼ਨ ਲਾ ਸਕਦੇ। ਤੁਸੀਂ ਹੁਣ ਸਾਰੇ ਲੋਕਾਂ ਨੂੰ ਦੁਨੀਆ ਭਰ ਵਿੱਚ ਪੰਜਾਬੀ ਦੱਸਦੇ ਨੇ ਜੀ ਕੁਛ ਵੀ? ਬਸ ਮੇਰੀ ਇਹੀ ਭਰਾਵਾਂ ਤੀਕਰ ਅਪੀਲ ਹੈ ਵੀ ਵੱਧ ਤੋਂ ਵੱਧ ਵੀ ਡੋਨੇਸ਼ਨ ਕਰਨ, ਵੀ ਜੋ ਇਸ ਲਈ ਮੈਂ ਇਬਾਦਤ ਨੂੰ ਬਚਾ ਸਕਾਂ ਜੀ, ਆਪਦੀ ਬੱਚੀ ਨੂੰ ਬਚਾ ਸਕਾਂ। ਥੈਂਕ ਯੂ। ਅਸੀਂ ਵੀ ਇਹੀ ਅਪੀਲ ਕਰਦੇ ਹਾਂ ਜੀ, ਇਹ ਬਾਰਕੋਡ ਆ ਜਿਹੜੇ ਪਰਿਵਾਰ ਦੇ ਵੱਲੋਂ ਜਾਰੀ ਕੀਤੇ ਗਏ ਨੇ, ਅਸੀਂ ਜਿਹੜਾ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਅਪਲੋਡ ਕਰ ਦਿਆਂਗੇ, ਔਰ ਉੱਥੇ ਜਾ ਕੇ ਤੁਸੀਂ ਜਿਹੜਾ ਮਦਦ ਕਰ ਸਕਦੇ ਹੋ। ਔਰ ਪਰਿਵਾਰ ਦਾ ਜਿਹੜਾ ਪਿੱਛੇ ਬੋਰਡ ਲੱਗਿਆ ਹੋਇਆ ਤੁਸੀਂ ਦੇਖੋਗੇ ਤਾਂ ਉੱਥੇ ਇੱਕ ਜਿਹੜਾ ਤੁਹਾਨੂੰ ਤਾਂ ਇਹ ਇੰਡੀਆ ਦਾ ਜਿਹੜਾ ਬਾਰਕੋਡ ਹੈ, ਤਾਂ ਇਹ ਇੰਡੀਆ ਦਾ ਬਾਰਕੋਡ ਹੈ, ਦੂਸਰਾ ਇੰਟਰਨੈਸ਼ਨਲੀ ਹੈ, ਤਾਂ ਤੁਸੀਂ ਪਰਿਵਾਰ ਦੇ ਨਾਲ ਤਾਲਮੇਲ ਵੀ ਕਰ ਸਕਦੇ ਹੋ, ਤੁਸੀਂ ਸਾਡੇ ਨਾਲ ਵੀ ਜਿਹੜਾ ਜਾਂ ਜਿਹੜਾ ਨੰਬਰ ਪਰਿਵਾਰ ਦਾ ਸਾਡੇ ਤੋਂ ਫੈਮਿਲੀ ਦਾ ਜਿਹੜਾ ਲੈ ਸਕਦੇ ਹੋ। ਪਰ ਜਿਹੜੇ ਸਾਰੇ ਬਾਰਕੋਡ ਨੇ ਅੱਜ ਪਰਿਵਾਰ ਦੇ ਵੱਲੋਂ ਮੀਡੀਆ 'ਚ ਜਾਰੀ ਕੀਤੇ ਗਏ ਨੇ, ਤਾਂ ਇਹਨਾਂ 'ਤੇ ਵੀ ਤੁਸੀਂ ਕਰ ਸਕਦੇ ਹੋ। ਬਾਕੀ ਪਰਿਵਾਰ ਦਾ ਜਿਹੜਾ ਇੱਕ ਗੂਗਲ ਅਕਾਊਂਟ ਹੈ ਉਹ ਵੀ ਤੁਹਾਨੂੰ ਦੇ ਦਿੰਦੇ ਹਾਂ, ਇਹ ਬੈਂਕ ਅਕਾਊਂਟ ਹੈ, ਤਾਂ RLB ਬੈਂਕ ਦਾ ਜਿਹੜਾ ਇਹ ਅਕਾਊਂਟ ਨੰਬਰ ਹੈ, ਸਹਿਯੋਗੀ ਨੂੰ ਚਾਹਾਂਗਾ ਕਿ ਕਲੀਅਰ ਦਿਖਾ ਦਿੱਤਾ ਜਾਵੇ। ਔਰ ਇਬਾਦਤ ਕੌਰ ਦੇ ਨਾਮ 'ਤੇ ਇਹ ਅਕਾਊਂਟ ਆ ਜਿਹੜਾ ਉਸਦੀ ਮਦਦ ਦੇ ਲਈ ਖੋਲ੍ਹਿਆ ਗਿਆ, ਔਰ ਇਹ IFC ਕੋਡ ਹੈ, ਔਰ ਇਹ ਸਾਰਾ ਜਿਹੜਾ ਪਰਿਵਾਰ ਨੇ ਜਾਰੀ ਕੀਤਾ, ਐਡਰੈਸ ਵੀ ਜਾਰੀ ਕੀਤਾ ਗਾ, ਔਰ ਫਾਦਰ ਦਾ ਨੰਬਰ ਵੀ ਹੈ ਇਬਾਦਤ ਕੌਰ ਦੇ। ਤਾਂ ਇਹ ਜਿਹੜਾ ਬਾਰਕੋਡ ਹੈ, ਇਹ ਜਿਹੜਾ ਇੰਡੀਆ ਤੋਂ ਜੇ ਤੁਸੀਂ ਜੀਪੇ ਦੇ ਰਾਹੀਂ ਕਿਤੋਂ ਵੀ ਮਦਦ ਕਰਨਾ ਚਾਹੁੰਦੇ ਹੋ, ਜਿੱਥੇ ਜੀਪੇ ਅਵੇਲੇਬਲ ਹੈ ਤਾਂ ਉੱਥੋਂ ਤੁਸੀਂ ਗੂਗਲ ਪੇ ਵੀ ਕਰ ਸਕਦੇ ਹੋ। ਤਾਂ ਅਸੀਂ ਵੀ ਤੁਹਾਨੂੰ ਮਦਦ ਦੀ ਅਪੀਲ ਕਰਾਂਗੇ ਕਿ ਜੇ ਇੱਕ ਬੱਚੀ ਦੀ ਜਾਨ ਬਚ ਸਕਦੀ ਉਹ ਵੀ ਦੁਨੀਆ ਦੇਖ ਸਕਦੀ ਹੈ, ਤਿਲ ਫੁੱਲ ਸਾਰਿਆਂ ਦੀ ਮਦਦ ਦੇ ਨਾਲ। ਆ ਜਿਹੜਾ ਫੰਡ ਰੇਜ਼ਰ ਆ ਉੱਥੇ ਪਤਾ ਵੀ ਲੱਗਦਾ ਰਹਿੰਦਾ ਕਿੰਨਾ ਹੋ ਗਿਆ ਕਿੰਨਾ ਰਹਿੰਦਾ, ਅਤੇ ਤੁਸੀਂ ਸਾਰੇ ਯੋਗਦਾਨ ਪਾਉਂਦੇ ਰਹੋ ਤਾਂ ਜਲਦੀ ਤੋਂ ਜਲਦੀ ਬੱਚੀ ਦੇ ਇੰਜੈਕਸ਼ਨ ਲੱਗ ਕੇ ਉਸਦੀ ਜਾਨ ਬਚ ਸਕਦੀ ਹੈ। ਦੂਜੇ ਪਾਸੇ ਸਵਾਲ ਸਿਸਟਮ 'ਤੇ ਵੀ ਖੜ੍ਹਾ ਹੁੰਦਾ ਕਿ ਅਜਿਹੇ ਇੰਜੈਕਸ਼ਨ ਜੋ ਬਹੁਤ ਮਹਿੰਗੇ ਨੇ, ਕਈ ਵਾਰ ਰੌਲਾ ਪਿਆ ਕਈ ਬੱਚਿਆਂ ਦੀ ਜਿਹੜਾ ਇਹਦੇ ਕਰਕੇ ਜਿਹੜੇ ਉਹ ਦੁਨੀਆ ਨੂੰ ਦੇਖ ਵੀ ਨਹੀਂ ਸਕੇ, ਕਈ ਬੱਚਿਆਂ ਨੂੰ ਲਗਵਾ ਵੀ ਦਿੱਤੇ ਗਏ ਲੋਕਾਂ ਨੇ ਆਪਸ ਦੇ ਵਿੱਚ ਮਦਦ ਦੇ ਨਾਲ ਇੱਕ ਦੂਜੇ ਦੇ ਹੈਂਡ ਟੂ ਹੈਂਡ ਮਦਦ ਕਰਕੇ, ਪਰ ਕੀ ਸਿਸਟਮ ਜਿਹੜਾ ਅਜਿਹਾ ਨਹੀਂ ਕਰ ਸਕਦਾ ਕਿ ਅਜਿਹੇ ਇੰਜੈਕਸ਼ਨ ਜੋ ਬਹੁਤ ਰੇਅਰ ਆ, ਜਿਨ੍ਹਾਂ ਦੀ ਡਿਮਾਂਡ ਬਹੁਤ ਰੇਅਰ ਆ ਔਰ ਬਹੁਤ ਜ਼ਰੂਰੀ ਨੇ ਲਾਈਫ ਸੇਵਿੰਗ ਦੇ ਲਈ, ਤਾਂ ਅਵੇਲੇਬਲ ਕਰਵਾਏ ਜਾਣ ਹਸਪਤਾਲਾਂ ਦੇ ਵਿੱਚੋਂ। ਜਿਹੜਾ ਦੇਸ਼ ਦੇ ਵਿੱਚ ਲਗਭਗ ਕੁਛ ਤਾਂ ਜਿਹੜੇ ਹਸਪਤਾਲ ਹੋਣੇ ਚਾਹੀਦੇ ਨੇ ਜਿੱਥੇ ਅਜਿਹੇ ਇੰਜੈਕਸ਼ਨ ਲੱਗਦੇ ਹੋਣ।